ਲਓ ਜੀ ਬਾਬਿਓ, ਜੌਂਡੀਅਰ ਆਪਾਂ ਲੱਗ ਗਏ ਧੋਣ ਅਤੇ ਹਜੇ ਤਾਂ ਗਾਰਾ ਜਿਹਾ ਹੀ ਨਰਮ ਕਰ ਰਹੇ ਹਾਂ ਅਤੇ ਇਹਨੂੰ ਧੋ ਕੇ ਫਿਰ ਆਪਾਂ ਵਿਹਲੇ। ਜੀ ਮੋਟਰ 'ਤੇ ਪਹੁੰਚ ਗਏ, ਕੱਦੂ ਵਾਲੇ ਖੇਤ 'ਚ ਟਰੈਕਟਰ ਬਾਲ ਲਿਆ। ਲਵਲੀ ਜੀ ਲੋ ਚੱਕੋ ਜੌਂਡੀਅਰ ਦਾ ਤੇਲ। ਆਪਾਂ ਕੱਦੂ ਤੋਂ ਕਰਕੇ ਕੱਦੂ ਹੋਇਆ ਨਹੀਂ ਸੀ, ਖੇਤ ਭਰਿਆ ਨਹੀਂ ਸੀ, ਸੋ ਲੇਜ਼ਰ ਕਰਾ ਦਾ ਕੰਮ ਹਜੇ ਵੀ ਪੂਰਾ ਔਨ ਪੀ ਕੇ ਕਹਿ ਸਕਦੇ ਹਾਂ ਆਪਾਂ। ਇੱਧਰ ਆਪਣਾ ਮੁੰਡਾ ਗੁਰਸ਼ਾਨ ਬੈਨੀਪਾਲ ਮੁੰਡਾ ਚਲਾਉਣ ਲੱਗਾ, ਡਰਾਈਵਰ ਅੰਕਲ ਚੱਲ ਗਿਆ, ਡਰਾਈਵਰ ਅੰਕਲ ਗਿਆ ਆਪਣਾ 25 ਤਰੀਕ ਨੂੰ ਸਾਡੇ ਕੋਲ। ਇੱਥੇ 3 ਫੁੱਟ ਮਿੱਟੀ ਚੁਕਾਈ ਇਹਨਾਂ ਨੇ, ਸੋ ਤੁਸੀਂ ਦੇਖੋ ਥੋਂ ਥੋਂ ਇਹ ਘਰਾਂ ਦੇ ਰੋੜੇ ਨੇ, ਮਹਿਲਾਂ ਦੇ ਰੋੜੇ ਨੇ ਇਹ। ਮੋਟਰ 'ਤੇ ਪਹੁੰਚ ਗਏ, ਕੱਦੂ ਵਾਲੇ ਖੇਤ 'ਚ ਟਰੈਕਟਰ ਬਾਲ ਲਿਆ। ਲਵਲੀ ਜੀ ਲੋ ਚੱਕੋ ਜੌਂਡੀਅਰ ਦਾ ਤੇਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਤੁਹਾਡਾ ਨਵੀਂ ਵੀਡੀਓ ਅਤੇ ਨਵੇਂ ਬਲੌਗ 'ਚ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਬਾਬੇ ਉਹ ਆਪਣੀ ਜੀਰੀ ਲੱਗ ਗਈ ਬਹੁਤ ਤੇਜ਼ੀ ਦੇ ਨਾਲ, ਬੰਦੇ ਇੰਨੇ ਤੇਜ਼ ਨੇ, ਇੱਕ ਦਿਨ ਦੇ ਵਿੱਚ 5-5.5 ਟਨ ਕਿੱਲੇ ਕੱਢ ਰਹੇ ਨੇ ਬਾਈ। ਆਹ ਕਿੱਲਾ ਡਨ ਹੋ ਗਿਆ, ਉਹ ਕਿੱਲਾ ਡਨ ਹੋ ਗਿਆ, ਆਹ ਇੱਥੋਂ ਮਿੱਟੀ ਚੱਕੀ ਸੀ, ਇੱਥੇ ਟਰੈਕਟਰ ਖੋਭਦਾ ਸੀਗਾ, ਉੱਥੇ ਫਿਰ ਆਹ ਜਗਾੜ ਕਰ ਲਿਆ ਸੀ ਵੱਟਾਂ ਤੇ ਲਾਤੀ। ਠੀਕ ਹੈ ਜੀ, ਲਓ ਬਾਈ ਮਿੱਤਰੋ ਦੇਖੋ ਕੰਮ ਆਪਣਾ ਪੂਰਾ ਓਕੇ ਹੋਇਆ ਵਾ। ਸੋ ਹੁਣ ਆਪਾਂ ਚੱਲੇ ਹਾਂ ਜੀ ਮੋਟਰ 'ਤੇ, ਸੋ ਅਗਲੀ ਮੋਟਰ 'ਤੇ ਚੱਲੇ ਹਾਂ, ਅੱਜ ਕਰੀਏ ਕੱਦੂ। ਕੱਦੂ ਆਪਣਾ ਕਾਫੀ ਨੇੜੇ ਲੱਗ ਗਿਆ ਅਤੇ ਅੱਜ ਭਾਜੀ ਉਹ ਨਹੀਂ ਵੀ ਆਏ ਹੋਏ ਨੇ ਦੇਖੋ। ਚਲ ਮੁੰਡੇ ਤੂੰ ਰੇਟਰ ਲੈ ਕੇ ਜਾਊਂਗਾ, ਮੈਂ ਲੈ ਕੇ ਜਾਵਾਂ, ਹੈਂ ਚਲੋ ਚੱਲੀਏ ਮੋਟਰ 'ਤੇ। ਮੋਟਰ 'ਤੇ ਪਹੁੰਚ ਗਏ, ਕੱਦੂ ਵਾਲੇ ਖੇਤ 'ਚ ਟਰੈਕਟਰ ਬਾਲ ਲਿਆ। ਲਵਲੀ ਜੀ ਲੋ ਚੱਕੋ ਜੌਂਡੀਅਰ ਦਾ ਤੇਲ। ਤੂੰ ਲੈ ਹੁਣ ਉਹ ਅਸੀਂ ਚਲਾ ਜਹਾਜ਼ ਚਲਾਉਣ ਲੱਗੇ ਹਾਂ, ਠੱਕ 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 ਹੈ ਨਹੀਂ ਤੇਲ ਇਹਦਾ। ਲਓ ਜੀ ਹੁਣ ਖੇਤ ਭਰੂ ਮਿੰਟੋ ਮਿੰਟੀ।
ਆਓ ਜੀ ਦੋਸਤੋ, ਆਪਾਂ ਕੱਦੂ ਤੋਂ ਕਰਕੇ, ਕੱਦੂ ਹੋਇਆ ਨਹੀਂ ਸੀ, ਖੇਤ ਭਰਿਆ ਨਹੀਂ ਸੀ, ਸੋ ਲੇਜ਼ਰ ਕਰਾ ਦਾ ਕੰਮ ਹਜੇ ਵੀ ਪੂਰਾ ਔਨ ਪੀ ਕੇ ਕਹਿ ਸਕਦੇ ਹਾਂ ਆਪਾਂ। ਸੋ ਅੱਜ ਅਸੀਂ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਤੁਸੀਂ ਮੇਰੇ ਵਲੌਗ ਦੇਖਦੇ ਹੋ, ਸੋ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਇਹ ਖੇਤ ਨੇ, ਸੋ ਮੈਂ ਸਾਰਾ ਸਮਝਾਊਂਗਾ, ਠੀਕ ਹੈ ਜੀ। ਇੱਥੇ ਅੱਜ ਅਸੀਂ ਲੱਗੇ ਹੋਏ ਹਾਂ, ਸੋ ਇੱਥੇ ਮਿੱਟੀ ਪਟਾਈ ਹੈ ਖੇਤਾਂ ਦੇ ਵਿੱਚ, ਤੁਹਾਨੂੰ ਪਤਾ ਮਿੱਟੀ ਪਟਾਈ ਦਾ ਫਿਰ ਕੰਮ ਵੱਡਾ ਹੀ ਹੁੰਦਾ। ਸੋਨਾਲੀਕਾ ਹੈ, ਇੱਧਰ ਅਰਜਨ ਖੜ੍ਹਾ ਆ, ਇੱਧਰ ਆਪਣਾ ਮੁੰਡਾ ਗੁਰਸ਼ਾਨ ਬੈਨੀਪਾਲ, ਮੁੰਡਾ ਚਲਾਉਣ ਲੱਗਾ, ਡਰਾਈਵਰ ਅੰਕਲ ਚੱਲ ਗਿਆ, ਡਰਾਈਵਰ ਅੰਕਲ ਗਿਆ ਆਪਣਾ 25 ਤਰੀਕ ਨੂੰ ਸਾਡੇ ਕੋਲ, ਉਹਨਾਂ ਨੇ ਕੱਦੂ ਦੀ ਅੱਗੇ ਥਾਂ ਕਰੀ ਹੋਈ ਸੀ, ਸੋ ਕੰਮ ਹਜੇ ਬਹੁਤ ਜ਼ਿਆਦਾ। ਇੱਕ ਮੁੰਡਾ ਹੈਗਾ ਉਹ ਆਇਆ ਸੀ, ਹੁਣ ਉਹ ਵੀ ਕੰਮ ਗਿਆ, ਹੁਣ ਗੁਰਸ਼ਾਨ ਚਲਾ ਰਿਹਾ। ਸਭ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ, ਜੋ ਕਿ ਇੱਥੋਂ ਸਿਰਫ 2 ਕਿਲੋਮੀਟਰ ਦੀ ਦੂਰੀ 'ਤੇ ਆ। ਨਿਸ਼ਾਨ ਸਾਹਿਬ ਦੇਖੋ ਤੁਸੀਂ ਕਿੰਨੇ ਵਧੀਆ ਦਿਖ ਰਹੇ ਨੇ, ਸੋ ਜਮ੍ਹਾਂ ਨੇੜੇ ਲੱਗੇ ਹੋਏ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਪੱਧਰ ਕਰਨ। ਸੋ ਗੱਲ ਮੈਂ ਕਰਨ ਲੱਗਾ ਮੇਰੇ ਬਹੁਤ ਜ਼ਿਆਦਾ ਪੁਰਾਣੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਦੀ, ਜਦੋਂ ਸਰਹੰਦ ਫਤਿਹ ਕੀਤੀ ਸੀ ਉਰੇ ਜਿੱਥੇ ਆਪਾਂ ਇਸ ਟਾਈਮ ਖੜ੍ਹੇ ਹਾਂ, ਇੱਥੇ ਵੱਡੇ ਵੱਡੇ ਮਹਿਲ ਸੀਗੇ, ਵੱਡੇ ਵੱਡੇ ਮਹਿਲ, ਵੱਡੇ ਵੱਡੇ ਘਰ ਜਿਸ ਥਾਂ 'ਤੇ ਇਸ ਟਾਈਮ ਆਪਾਂ ਖੜ੍ਹੇ ਹਾਂ। ਸੋ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਤਾਂ ਸਾਰਾ ਟੈ ਢੇਰੀ ਇੱਕ ਵਾਰ ਕਰਤਾ ਸੀਗਾ, ਠੀਕ ਹੈ ਜੀ। ਸੋ ਇਹ ਉਸ ਥਾਂ 'ਤੇ ਮੈਂ ਖੜ੍ਹਾ, ਤੁਹਾਨੂੰ ਮੈਂ ਸਬੂਤ ਦਿਖਾਉਂਦਾ। ਇਹ ਸਾਰੇ ਖੇਤ ਦੇ ਵਿੱਚ ਮਿੱਟੀ ਨਹੀਂ ਹੈਗੀ, ਸਾਰੇ ਖੇਤ 'ਚ ਰੋੜੇ ਨੇ, ਸਰਹੰਦੀ ਇੱਟ ਜਿਹਨੂੰ ਕਹਿੰਦੇ ਨੇ। ਸੋ ਮੈਨੂੰ ਫਰਜ਼ ਵੀ ਬਣਦਾ, ਇੱਥੇ 3 ਫੁੱਟ ਮਿੱਟੀ ਚੁਕਾਈ ਇਹਨਾਂ ਨੇ। ਸੋ ਤੁਸੀਂ ਦੇਖੋ ਥੋਂ ਥੋਂ, ਇਹ ਘਰਾਂ ਦੇ ਰੋੜੇ ਨੇ, ਮਹਿਲਾਂ ਦੇ ਰੋੜੇ ਨੇ ਇਹ, ਜਿਹੜੇ ਪਹਿਲਾਂ ਮਹਿਲ ਬਣੇ ਹੋਏ ਤੇ ਰਾਜੇ ਮਹਾਰਾਜਿਆਂ ਦੇ, ਜਿਨ੍ਹਾਂ ਨੇ ਇਹ ਕੰਮ ਕਰਵਾਇਆ ਸੀ ਉਦੋਂ ਸਾਰਾ। ਤੁਸੀਂ ਆਹ ਦੇਖੋ, ਆਹ ਦੇਖੋ, ਹੁਣ ਜਿਵੇਂ ਨਾ ਜਿਵੇਂ ਆਹ ਮੈਨੂੰ ਇੱਥੇ ਤੁਹਾਨੂੰ ਘਰ ਵੀ ਦਿਖਾਊਂਗਾ, ਘਰ ਹੈਗੇ ਵੀ ਨੇ, ਉਹ ਵੀ ਤੁਹਾਨੂੰ ਦਿਖਾਊਂਗਾ, ਸਾਰਾ ਦਿਖਾਊਂਗਾ। ਅਤੇ ਆਹ ਦੇਖੋ, ਇਹ ਕਿਸੇ ਚੀਜ਼ ਦਾ ਘਰ ਦੀ ਨੀਂਹ ਹੈ, ਜਿੱਥੇ ਜੇ ਸੀ ਬੀ ਨੇ ਪੱਟ ਪੱਟ ਕੇ, ਆਹ ਦੇਖੋ, ਆਹ ਦੇਖੋ, ਪੁਰਾਣੇ ਰਾਜੇ ਮਹਾਰਾਜਿਆਂ ਦੇ ਘਰ ਉਰੇ, ਜਿਹੜੇ ਸਾਰੇ ਬੰਦਾ ਸਿੰਘ ਬਹਾਦਰ ਨੇ ਢਹਿ ਢੇਰੀ ਸਾਰਾ ਜ਼ੀਰੋ ਕਰਤਾ ਸੀ, ਇੱਕ ਵਾਰ ਸਾਰਾ ਕੁਛ ਗੇਰਤਾ ਸੀ, ਠੀਕ ਹੈ ਜੀ। ਤੁਹਾਨੂੰ ਮੈਂ ਦਿਖਾ ਕੇ ਵੀ ਲਿਆਉਂਦਾ, ਘਰ ਹੈਗੇ ਵੀ ਨੇ, ਮਹਿਲ ਹੈਗੇ ਵੀ ਨੇ ਉਰੇ ਇਸ ਟਾਈਮ ਜੀ। ਬਾਬਿਓ, ਮੈਂ ਤੁਹਾਨੂੰ ਮੋਟਰਸਾਈਕਲ 'ਤੇ ਮਹਿਲ 'ਚ ਦਿਖਾਇਆ ਮੈਂ, ਜਿਹੜੇ ਪੁਰਾਣੇ ਹੁੰਦੇ ਸੀ, ਆਹ ਦੇਖੋ ਉਰੇ, ਇੱਥੇ ਤਾਂ ਮੈਨੂੰ ਕੋਈ ਜ਼ਿਆਦਾ ਤਕੜਾ ਹੀ ਲੱਗਦਾ ਜਿਹੜਾ ਮਹਿਲ ਵੀ, ਜਿਹੜਾ ਇੰਨੀ ਇੱਟ ਨਿਕਲ ਰਹੀ ਆ ਸਰਹੰਦੀ, ਆਹ ਦੇਖੋ, ਇਹਨੂੰ ਦੱਸੋ ਹੁਣ ਅਸੀਂ ਕਿਵੇਂ ਪੱਧਰ ਕਰਕੇ ਜਾਊਂਗੇ। ਕੱਲ੍ਹ ਤਾਂ ਮੌਨਸੂਨ ਸਟਾਰਟ ਨੇ, ਹੁਣ ਵੀ ਮੌਸਮ ਮੀਂਹ ਜਿਹੇ ਵਾਲਾ ਹੀ ਹੋਇਆ ਹੋਇਆ, ਡਰ ਜਿਹਾ ਹੀ ਲੱਗਿਆ ਹੋਇਆ ਵੀ ਕਿਤੇ ਮੀਂਹ ਨਾ ਪੈ ਜਾਵੇ, ਕੰਮ ਵਿਚਾਲੇ ਹੀ ਖੜ੍ਹ ਜਾਣਾ ਸਾਡਾ ਸਾਰਾ। ਆਹ ਦੇਖੋ, ਇੱਥੇ ਹੀ ਆਉਣਾ ਸੀ ਉਸ ਮੋਟਰਸਾਈਕਲ ਜਾ ਕੇ, ਇੱਥੇ ਨਾ ਮਤਲਬ ਕਈ ਨੇ, ਬਹੁਤ ਜ਼ਿਆਦਾ ਨੇ। ਆਹ ਦੇਖੋ ਜਿਵੇਂ ਐਵੇਂ ਦੇ ਘਰ ਬਣੇ ਹੋਣਗੇ ਮੇਰੇ ਹਿਸਾਬ ਨਾਲ, ਆਹ ਦੇਖੋ, ਇਹਦੋਂ ਪਿੱਛੇ ਬਹੁਤ ਵੱਡੇ ਵੱਡੇ ਨੇ, ਇੱਧਰ ਬਹੁਤ ਵੱਡੇ ਵੱਡੇ ਨੇ, ਇੱਧਰ ਬਹੁਤ ਵੱਡੇ ਵੱਡੇ, ਮਤਲਬ ਕਿ ਇੰਨੇ ਕੁ ਏਰੀਏ ਵਿੱਚ ਘੱਟੋ ਘੱਟ 10 ਹੋਣਗੇ, 5-10 ਹੋਣਗੇ ਪੱਕਾ। ਉਹ ਨੇ ਕਿਹੜੇ ਬੈਕ ਸਾਈਡ 'ਤੇ ਬਹੁਤ ਨੇ, ਮਤਲਬ ਐਵੇਂ ਦੇ ਸੇਮ, ਆਹ ਤੁਹਾਨੂੰ ਚੀਜ਼ ਦਿਖਾਉਣਾ ਹੈ ਜੀ, ਐਵੇਂ ਦੇ ਬਹੁਤ ਨੇ, ਸਾਰਿਆਂ ਦਾ ਡਿਜ਼ਾਇਨ ਵੱਖਰਾ ਵੱਖਰਾ, ਇਹਦਾ ਡਿਜ਼ਾਇਨ ਹੋਰ ਆ, ਉਹ ਇਹਦਾ ਡਿਜ਼ਾਇਨ ਹੋਰ ਆ, ਹਰ ਇੱਕ ਦਾ ਡਿਜ਼ਾਇਨ ਆਪਣਾ। ਚਲੋ ਜੀ, ਓਕੇ, ਹੁਣ ਅਸੀਂ ਲੱਗੇ ਕੰਮ। ਟਾਈਮ ਦਿਖਾਓ ਕਿੰਨਾ ਹੋ ਗਿਆ, ਟਾਈਮ ਦਿਖਾਓ ਕਿੰਨਾ ਹੋ ਗਿਆ,
3:04 ਹੋ ਚੁੱਕੇ ਨੇ ਮੇਰੇ ਵੀਰਿਓ। ਵਿੱਚ ਕਨੂੰ ਮੀਂਹ ਵੀ ਆ ਗਿਆ ਤਾਂ ਅਸੀਂ ਤੁਰ ਵੀ ਪਏ ਤੇ ਤੁਹਾਨੂੰ ਦਿਖਾਉਣਾ ਕਲਿੱਪ। ਵਿੱਚ ਕਨੂੰ ਮੀਂਹ ਵੀ ਆ ਗਿਆ ਤੁਰ ਵੀ ਪਏ ਦੁਬਾਰਾ ਫਿਰ ਮੁੜਿਆ ਕਹਿੰਦੇ ਕੱਚ ਰਹਿ ਗਈ ਖੇਤ 'ਚ। ਚਲੋ ਭੁੱਬਲ ਬਹੁਤ ਹੋ ਗਈ, ਮਿੰਟ ਮਾਰੋ ਮੁੰਡਿਓ ਹੁਣ ਟਾਈਮ ਨਾ ਲਾਓ। ਜਾਣਾ ਵੀ ਆਪਾਂ ਨੇ ਹੈਂ ਸਵੇਰੇ ਜਾਣਾ ਟੂਰਨਾਮੈਂਟ ਦੀ ਹੋਈ ਆ। ਹਾਂ ਤੈਨੂੰ ਕਿਵੇਂ ਜਾਣ, ਰਾਤ ਆ ਗਈ ਅਸੀਂ ਲੇਜ਼ਰ ਕਰਾ ਕਰਕੇ। ਮੀਂਹ ਦੱਸ ਲਵਲੀ ਕਿੰਨਾ ਕੁ ਪੈ ਗਿਆ ਹੁਣ? ਮੀਂਹ ਤਾਂ ਵਧੀਆ ਪੈ ਗਿਆ, ਫੁੱਲ ਤਕੜਾ ਮੀਂਹ ਪੈ ਗਿਆ, ਫੁੱਲ ਤਕੜਾ। ਬਾਈ ਜੀ ਸਾਡਾ ਨਵਾਂ ਬੰਦਾ ਦੇਖੋ, ਇਹ ਹੱਸਦਾ ਰਹਿੰਦਾ ਨਾ ਲਵਲੀ, ਚਾਹੀਦਾ ਬੰਦੇ ਨੂੰ ਹੈਂ ਹੱਸਣੇ ਚਾਹੀਦਾ ਹੈ। ਹੂੰ ਆ ਪੈਸ਼ਨ ਪ੍ਰੋ ਕਿਹਦਾ ਖੜਾ ਰੁੰਦੇ ਦਾ? ਹਾਂ ਪੱਤਾ ਰੰਟਾਂ ਦਾ ਉਹ ਤਾਂ ਯਾਰ ਗਣਕੇ ਦਾ ਚਲਾਈ ਜਾਂਦਾ, ਕਦੇ ਕਿਸੇ ਦਾ ਕਦੇ ਕਿਸੇ ਦਾ। ਚਲਾ ਯਾਰ ਲੇਜ਼ਰ ਖੋਲੀਏ ਮਾੜਾ ਜਾ। ਆਓ ਜੀ ਬਾਬਿਓ ਮੋਟਰ ਤੇ ਪਹੁੰਚ ਚੁੱਕੇ ਆ ਜੀ। ਡਨ ਡਨ ਕੱਦੂ, ਡਨ ਕੱਦੂ, ਡਨ ਕੱਦੂ ਆਪਣਾ ਤਕਰੀਬਨ ਸਾਰਾ ਹੋ ਚੁੱਕਿਆ, ਸਿਰਫ 1.5 ਕਿੱਲਾ ਪਨੀਰੀ ਵਾਲਾ ਤੇ ਕੱਖਣ ਵਾਲਾ ਜਿਹੜਾ ਘਰੇ ਆ ਉਹ ਰਹਿ ਗਿਆ ਆਪਣਾ। ਠੀਕ ਹੈ ਜੀ, ਕੱਲ ਨੂੰ ਜੀਰੀ ਆਹ ਵੀ ਲੱਗ ਜਾਣੀ ਆ, ਚੱਕੋ ਹਿਸਾਬ। ਹੁਣ ਕੰਮ ਖਿੱਚਿਆ ਵਾ ਪੂਰਾ, ਆਪਣੇ ਆਹ ਵੀ ਜੀਰੀ ਲੱਗ ਗਈ, ਆਪਣੇ ਇਹ 10 ਕਿੱਲੇ ਨੇ ਵੀਰੇ ਉਰੇ ਪੂਰੇ, ਅਤੇ ਮੰਨ ਕੇ ਚੱਲੋ ਵੀ 4 ਖੇਤ ਨੇ 2.5-2.5 ਕਿੱਲਿਆਂ ਦੇ, 1, 2, 3, 4 2.5-5 ਬਸ ਸੌਖਾ ਕੰਮ ਆਪਣੇ, ਕੋਈ ਐਡੇ ਵੱਟਾਂ ਛੱਟਾਂ ਵਾਲਾ ਨਾ ਕੰਮ। ਮੈਂ ਤਾਂ ਕਹਿੰਦਾ ਗੱਭੇ ਵਾਲੀ ਵੀ ਚੱਕ ਦਈਏ 5 ਕਿੱਲਿਆਂ ਦਾ, 1 ਘੇਰਾ ਕਰ ਦਈਏ, ਐਂ ਕੰਮ ਛੇਤੀ ਤਾਂ ਨਿਬੜ ਜਾਂਦਾ, ਉਰੇ ਇੰਜਣ ਹੋ ਜਾਂਦਾ। ਦੇਖੋ ਆਪਾਂ ਤੁਹਾਨੂੰ ਮੈਂ ਸਿਸਟਮ ਦਿਖਾ ਦਿੰਦਾ ਆਪਣੇ ਲੱਗਿਆ ਹੋਇਆ ਬਹੁਤ ਵਧੀਆ। ਸੋ ਆਪਾਂ ਵੀ ਫਾਇਦਾ ਕਰਦੇ ਹਾਂ ਵੀ ਧਰਤੀ ਦਾ ਪਾਣੀ ਜਿੰਨਾ ਬਚਾ ਸਕੀਏ ਵੱਧ ਤੋਂ ਵੱਧ ਬਚਾਈਏ, ਹੈ ਨਾ। ਸਾਡੇ ਚੋਆ ਲੰਘ ਰਿਹਾ ਜੀ ਕੋਲੋਂ, ਠੀਕ ਹੈ ਜੀ। ਸੋ ਚੋਏ ਦੇ ਉੱਥੇ ਪੁਲੀ ਉੱਥੇ ਬਣਾ ਕੇ ਆਪਣਾ ਕੂਈ ਬਣਾ ਕੇ 10 ਫੁੱਟ ਪੈਪ ਡੂੰਘਾ ਪਾ ਕੇ ਉਰੇ ਕੂਈ ਆ, ਇੱਥੇ ਪਾਣੀ ਸਿੱਟ ਲਿਆ, ਇੱਥੇ ਇੰਜਣ ਲਾ ਕੇ ਪਾਣੀ ਬਾਹਰ ਕੱਢ ਲਿਆ। ਦੇਖੋ ਪਾਣੀ ਦੇ ਮੰਨ ਕੇ ਚੱਲੋ ਵੀ ਕਿੰਨੀ, ਜਿਹੜਾ ਤਾਂ ਪਾਣੀ ਖਰਾਬ ਆ, ਗੰਦਾ ਪਾਣੀ ਆ। ਇੱਕ ਤਾਂ ਰੇਹ ਸਾਡਾ ਘੱਟ ਪੈਂਦਾ, ਅਤੇ ਇੱਕ ਪਾਣੀ ਦੀ ਬੱਚਤ ਕਿੰਨੀ ਹੁੰਦੀ ਆ, ਧਰਤੀ ਹੇਠਲਾ ਪਾਣੀ ਜਿਹੜਾ ਉਹ ਬਚਦਾ, ਇਹਦੇ ਨਾਲ ਸਾਡੀ ਜੀਰੀ ਪਲ ਜਾਂਦੀ ਆ ਉਰੇ 10 ਕਿੱਲੇ। ਨਜ਼ਾਰਾ ਬਾਬਿਓ, ਚੱਲ ਜੇ ਡੀਜ਼ਲ ਲੱਗ ਵੀ ਜਾਂਦਾ ਯਾਰ ਕੋਈ ਚੱਕਰ ਨਹੀਂ, ਧਰਤੀ ਤਾਂ ਆਪਣੀ ਬਚ ਰਹੀ ਆ। ਧਰਤੀ ਦਾ ਪਾਣੀ ਤਾਂ ਜੇ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਬਚਾਉਂਗੇ ਤਾਂ ਬਚੂਗਾ ਤਾਂ ਸਹੀ। ਸੋ ਆਹ ਸਿਸਟਮ ਅਸੀਂ ਉਰੇ ਲਾਇਆ ਹੋਇਆ, ਤੁਹਾਨੂੰ ਪਾਣੀ ਦਿਖਾ ਦੇਣਾ, ਇਹ 'ਚ ਭਰਿਆ ਵਾ ਹੋਣਾ ਪੂਰਾ। ਔਰ ਇਹ 'ਚ ਤਰ੍ਹਾਂ ਤਰ੍ਹਾਂ ਦੇ ਇੱਕ ਤੋਂ ਇੱਕ ਗੋਹਾਂ ਛੋਹਾਂ ਸੱਪ ਸੁੱਪ ਕਛੂਏ ਛਾਪ ਪਤਾ ਨਹੀਂ ਕਿਹੜੇ ਕਿਹੜੇ ਆਈਟਮਾਂ ਆਉਂਦੀਆਂ ਇਹਦੇ 'ਚ। ਜਦੋਂ ਇਹ ਮੋਟਰ ਚੱਲਦੀ ਹੈ 'ਚ ਗੰਦਾ ਪਾਣੀ ਹੁੰਦਾ ਸ਼ੈਂਪੂਆਂ ਦਾ ਸਰਫਾਂ ਦਾ, ਇੱਥੇ ਜਿਹੜੇ ਗਰੇ ਗਰੇ ਬੜੇ ਬੜੇ ਗਰੇ ਲੱਗ ਜਾਂਦੇ ਨੇ ਸਰਫ ਦੇ। ਸੋ ਹੁਣ ਤਾਂ ਬੰਦ ਆ ਕਿੰਨੇ ਸਾਰੇ ਖੇਤ। ਆਓ ਜੀ ਬਾਬਿਓ, ਸਿਰਫ ਆਪਣਾ ਆਹ ਵਾਲਾ ਖੇਤ ਰਹਿ ਗਿਆ, ਆਪਣਾ ਕੱਖਾਂ ਵਾਲਾ ਅਤੇ ਪਨੀਰੀ ਵਾਲਾ, ਬਾਕੀ ਆਪਣਾ ਸਾਰਾ ਕੁਛ ਡਨ ਹੋ ਚੁੱਕਿਆ ਬਾਬਿਓ, ਬਾਕੀ ਸਭ ਕੁਛ ਕਲੀਅਰ ਆ। ਬਸ ਜਿੱਦਣਾ ਇਹ ਨਿਬੜ ਗਿਆ ਆਪਾਂ ਵੀ ਚੱਕ ਦੇਣਾ, ਹੁਣ ਟਰੈਕਟਰ ਧੋ ਦੇਣਾ ਆਪਾਂ, ਇਹਨੂੰ ਤਾਂ ਅਜੇ ਲੱਗ ਜਾਣਾ ਹਫ਼ਤਾ ਹਫ਼ਤੇ ਤੋਂ ਵੱਧ ਲੱਗ ਜਾਣਾ। ਬਾਕੀ ਆਪਣੀ ਸਾਰੀ ਜੀਰੀ ਲੱਗ ਵੀ ਗਈ, ਜੀਰੀ ਚੱਲ ਵੀ ਗਈ, ਕਿਉਂਕਿ ਮੀਂਹ ਬਹੁਤ ਸੋਹਣੇ ਤਕੜੇ ਪਏ ਨੇ ਬਾਈ ਉਰੇ। ਲਓ ਜੀ ਬਾਬਿਓ, ਆਪਣਾ ਕੱਦੂ ਤੁਹਾਨੂੰ ਪਤਾ ਹੀ ਆ ਤਕਰੀਬਨ ਹੋਏ ਗਿਆ। ਸੋ ਪਨੀਰੀ ਵਾਲਾ ਅਤੇ ਮੱਕੀ ਵਾਲਾ ਖੇਤ ਰਹਿੰਦਾ ਆਪਣਾ, ਉਹ ਬਾਅਦ 'ਚੋਂ ਕਰਾਂਗੇ, ਹਜੇ ਟਰੈਕਟਰ ਧੋ ਦਈਏ, ਪ੍ਰੈਸ਼ਰ ਚਲਾ ਦਿਓ, ਧੋ ਦਈਏ, ਕਿਉਂਕਿ ਕੀ ਫਾਇਦਾ ਕਾਰਾ ਵਾਲਾ ਲੱਗਿਆ ਹੋਇਆ ਟਰੈਕਟਰ ਨੂੰ। ਥੋੜ੍ਹਾ ਤਵੀਆਂ ਦੀ ਵੀ ਸੈਟਿੰਗ ਜੀ ਕਰਾਉਣੇ ਵਾਲੀ, ਉਹ ਵੀ ਕਰਵਾ ਲਉਂਗੇ। ਲਓ ਜੀ ਬਾਬਿਓ, ਜੌਂਡੀਅਰ ਆਪਾਂ ਲੱਗ ਗਏ ਧੋਣ, ਅਤੇ ਹਜੇ ਤਾਂ ਗਾਰਾ ਜਿਹੀ ਨਰਮ ਕਰ ਰਹੇ ਹਾਂ, ਅਤੇ ਇਹਨੂੰ ਧੋ ਕੇ ਫਿਰ ਆਪਾਂ ਵਿਹਲੇ। ਲਓ ਜੀ
ਚੱਕਦਾ ਕੰਮ। ਇਹ ਗਲਤੀ ਕਰੀ ਜਦ ਕੱਦੂ ਚੋਂ ਕੱਢਿਆ ਤਾਂ ਨਾਲ ਦੀ ਨਾਲ ਪਾਣੀ ਮਾਰ ਦੇਣਾ, ਹੁਣ ਹੁਣ ਮਿੱਟੀ ਜਾਊਗੀ ਸਾਰੀ ਸਾਰੀ ਮਿੱਟੀ ਜਾਊਗੀ, ਹੁਣ ਟਾਈਮ ਲਗ ਲੱਗ ਕੇ ਉੱਤਰ ਰਹੀ ਆ। ਕਿਲੋ ਥੋੜ੍ਹਾ ਜਿਹਾ ਘੱਟ ਪਨੀਰੀ ਦਾ ਹੋ ਗਿਆ ਜੀ ਆਪਣਾ, ਠੀਕ ਆ। ਅਤੇ ਬਸ ਆਹ ਰਹਿ ਗਿਆ ਆਪਣਾ ਏਰੀਆ, ਜਿੱਦਣ ਇਹ ਮੱਕੀ ਕੱਖ ਵੱਢੇ ਗਏ ਪਨੀਰੀ ਪੱਟੀ ਗਈ ਉੱਦਣ ਹੋਊਗਾ, ਇਹਨੂੰ ਲੱਗ ਜਾਣਾ ਮਨ ਕੇ ਚਲੋ ਹਫ਼ਤਾ ਡੇਢ ਹਫ਼ਤਾ, ਹਫ਼ਤੇ ਬਾਅਦ ਕਰਾਂਗੇ। ਬਾਕੀ ਆਪਣਾ ਸਾਰਾ ਏ ਟੂ ਜੈਡ ਕੱਦੂ ਹੋ ਗਿਆ, ਜਿਹੜਾ ਉੱਦਣ ਕੱਦੂ ਕਰਿਆ ਸੀ ਉੱਥੇ ਜੀਰੀ ਲੱਗ ਰਹੀ। ਆਪਾਂ ਹੁਣ ਮੋਟਰ ਪਰ ਚੱਲਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ। ਮੋਟਰ ਤੇ ਲੱਗੇ ਜ਼ਿੰਦਗੀ ਕੀ ਲੈ ਅਸੀਂ ਸ਼ਹਿਰ ਤੇਰੇ ਆਹ ਜੀ ਬਾਬਿਓ। ਸੋ ਜੀਰੀ ਆਪਣੀ ਲੱਗ ਗਈ, ਆਹ ਖੇਤ ਆਪਣੇ ਪਹਿਲੇ ਲੱਗੇ ਸੀ, ਜਿਹੜਾ ਕੱਦੂ ਕਰਿਆ ਸੀ ਲੱਗ ਰਿਹਾ ਖੇਤ, ਉੱਪਰ ਵਾਲਾ ਰਹਿ ਗਿਆ। ਲਓ ਜੀ ਚੱਲ ਰਹਿ ਲੱਗੇ ਹੋਇਆ ਸਵੇਰ ਦੇ, ਖੇਤ ਬਹੁਤ ਵੱਡਾ ਨਾ, 2.5 ਕਿੱਲਿਆਂ ਦਾ ਘੇਰਾ ਦਾ। ਇਹ ਲੱਗ 12 ਵੱਜ ਗਏ ਦਿਨ ਦੇ, ਸਵੇਰ ਦੇ ਲੱਗੇ ਹੋਏ 5 ਵਜੇ ਦੇ ਲੱਗੇ ਹੋਏ ਵਿਚਾਰੇ, ਹੈਗੇ 12-13 ਬੰਦੇ। ਬਾਕੀ ਲਾਈਟ ਆ ਗਈ ਸੋਹਣੀ, ਲਾਈਟ ਆਈ ਹੈ। ਬਾਕੀ ਲਵਲੀ ਕੋਲ ਚੱਲਦੇ ਹਾਂ ਗੱਲਾਂ ਬਾਤਾਂ ਸੁਣਾਉਣ ਨੂੰ ਜੀ। ਚੱਕ ਦਾ ਕੰਮ ਹੋ ਲੱਗਿਆ ਹੋਇਆ ਭਈਆ ਜੀ, ਲਾਉਣ ਆਏ ਤੋਂ ਬਾਅਦ ਖੇਤ ਲਾਉਣ ਦੀ ਤਿਆਰੀ ਕਰਤੀ ਲਵਲੀ ਜੀ ਖੇਤ ਦੀ। ਹਾਂਜੀ ਹਾਂਜੀ, ਹੋਰ ਕਿਆ ਆਪਾਂ ਛੱਡਦੇ ਆ। ਹਾਂ ਹੋਰ ਕਿਆ ਕਹਿਣਾ ਚਾਹੁੰਦੇ ਹੋ? ਇੱਧਰ ਆਪਣੇ ਇਹਦਾ ਨਾਮ ਕਿਆ, ਮੈਂ ਭੁੱਲ ਜਾਂਦਾ, ਰਾਜਕੁਮਾਰ। ਇਹ ਦੇਖੋ ਕੈਸਾ ਲੱਗ ਰਿਹਾ, ਕੰਨ 'ਚ ਕਹਿੰਦੇ ਨੱਤੀਆਂ ਪਾਈਆਂ ਹੋਈਆਂ ਮੇਰੇ ਵੀਰੇ ਔਰ ਰਾਜਕੁਮਾਰ ਭਾਜੀ ਨੇ। ਹੋਰ ਲਵਲੀ ਜੀ ਸੁਣਾ ਤਾਂ ਦੇ ਕੋਈ ਗੱਲ, ਹੈਂ ਗੱਲ ਤਾਂ ਸੁਣਾ ਦੇ ਕੋਈ। ਬਸ ਗੱਲ ਕੀ ਸੁਣਾਵਾਂ, ਗਰਮੀ ਦੇਖ ਲਓ ਕਿੰਨੀ ਆ, ਹਵਾ ਖੜ ਗਈ, ਮੀਂਹ ਪੈਂਦਾ ਨਹੀਂ ਲੈ, ਇੰਨੇ ਤਾਂ ਹੁਣ ਮੀਂਹ ਪੈ ਰਹੇ, ਹੁਣ ਮੀਂਹ ਪਾਈ ਜਾਣੇ ਆ। ਉਹ ਪਾਜੀ ਜੇ ਮੀਂਹ ਪੈ ਜਾਵੇ ਨਾ, ਜਿਕਣ ਆ ਜੀਰੀ ਲੱਗ ਰਹੀ ਆ ਨਾਲ ਦੀ ਨਾਲ ਚੱਲ ਪੂ। ਇਹ ਤਾਂ ਹੈਗਾ ਫਿਰ, ਇਹ ਤਾਂ ਹੈ ਉਹ ਗੱਲ ਆ। ਉਹ ਪਰੇ ਚੱਕੋ ਜੀ, ਅੱਗ ਨੀ ਲਾਉਣਾ, ਜੇ ਅੱਗ ਲਾਉਂਦੇ ਆ ਇਹ ਵੀ ਜ਼ਿੰਦਗੀ ਦਾ ਤਜਰਬਾ ਜੀ, ਜੇ ਅੱਗ ਲਾਉਂਦੇ ਆ ਫੂਸ ਬਹੁਤ ਨਿਕਲਦਾ, ਜੇ ਅੱਗ ਨਹੀਂ ਲਾਉਂਦੇ ਫੂਸ ਨਹੀਂ ਆਉਂਦਾ। ਪਤਾ ਕਾਹਤੇ ਇਹਦਾ ਕਾਰਨ ਇਹ ਹੁੰਦਾ, ਅੱਗ ਲਾ ਦਿੰਦੇ ਆ ਹਲਕਾ ਹੋ ਜਾਂਦਾ, ਉੱਪਰ ਉੱਠ ਕੇ ਆ ਜਾਂਦਾ ਭਾਰੀ, ਅੱਗ ਨਹੀਂ ਲਾਉਂਦੇ ਉਹ ਭਾਰੀ ਹੁੰਦਾ, ਥੱਲੇ ਉਹ ਵਿੱਚੇ ਵੜ ਜਾਂਦਾ। ਮੋਟਰ ਉਸਨੇ ਚਲਾਈ ਆ, ਚੱਲਣ ਦੇ ਹਜੇ 10 ਆਹ ਖਾਸ ਡੈਡੀਆਂ ਦਿਖਦੀਆਂ। ਹਾਂਜੀ ਬਾਬੇ, ਉਹ ਜੀਰੀ ਦਾ ਕੰਮ ਪੂਰਾ ਜ਼ੋਰਾਂ ਸ਼ੋਰਾਂ 'ਤੇ ਚੱਲੀ ਜਾਂਦਾ, ਸੋ ਬਹੁਤ ਗਰਮੀ ਪੈ ਰਹੀ ਹੈ, ਮੀਂਹ ਵੀ ਪਈ ਜਾਂਦੇ ਨੇ। ਸੋ ਇੰਨਾ ਕੁ ਆਪਣਾ ਵਲੋਗ ਸੀ, ਵਲੋਗ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਤੇ ਬਾਬੇ ਉਹ ਥੱਲੇ ਮੈਂ ਚੈਨਲ ਮੈਨਸ਼ਨ ਕੀਤਾ ਹੋਇਆ ਫਾਰਮਰ ਸਟੂਡੀਓ, ਸੋ ਸਾਰੇ ਜਣੇ ਉਹਨੂੰ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਜੀ।